ਹਮੇਸ਼ਾ ਹੀ ਸਮਾਜਿਕ ਸਰੋਕਾਰਾਂ ਸਮੇਤ ਵੱਡੇ ਮਸਲਿਆਂ ਤੇ ਡੂੰਘੀ ਅਤੇ ਗਹਿਰ ਗੰਭੀਰ ਸ਼ਾਇਰੀ ਨਾਲ ਵੱਡੀ ਸੱਟ ਮਾਰਨ ਵਾਲੇ ਬੱਬੂ ਮਾਨ ਦੀ ਕਰੋਨਾ ਬਾਰੇ ਇਹ ਨਜ਼ਮ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡੀਓ ਜ਼ਰੀਏ ਜਿੱਥੇ ਬੱਬੂ ਮਾਨ ਨੇ ਕਰੋਨਾ ਕਰਕੇ ਚੰਦ ਦਿਨਾਂ ਤੱਕ ਘਰਾਂ 'ਚ ਬੰਦ ਰਹਿਣ ਤੋਂ ਔਖੇ ਹੋਏ ਲੋਕਾਂ ਨੂੰ ਬੰਦੀ ਸਿੰਘਾਂ ਦੀ ਯਾਦ ਕਰਵਾਈ ਹੈ ਜੋ ਦਹਾਕਿਆਂ ਤੋਂ ਜੇਲ੍ਹਾਂ 'ਚ ਬੰਦ ਹਨ, ਨਾਲ ਹੀ ਉਹਨਾਂ ਨੇ ਇਸ ਜ਼ਰੀਏ ਪੰਜਾਬ ਵਿੱਚ ਕਰੋਨਾ ਫੈਲਾਉਣ ਦਾ ਜ਼ਿੰਮਾ NRI ਭਰਾਵਾਂ ਸਿਰ ਪਾਉਣ ਵਾਲਿਆਂ ਨੂੰ ਵੀ ਠੋਕਵਾਂ ਜਵਾਬ ਦਿੱਤਾ ਹੈ। ਵੱਡੇ ਸਾਹਿਬ ਦੇ ਆਰਡਰ ਹੋਵੇ, ਬੰਦ ਕਰ ਲਿਓ ਬੂਹੇ, ਕੁਝ ਦਿਨਾਂ ਲਈ ਬਹਿਣਾ ਛੱਡ ਦਿਓ ਹੱਟੀ ਪੱਠੀ ਖੂਹੇ, ਚਾਰ ਦਿਨਾਂ ਵਿੱਚ ਨਿਕਲੀਆਂ ਚੀਕਾਂ, ਵਾਕਫ ਮੈਂ ਇਸ ਹਾਲ ਤੋਂ, ਧੰਨ ਜਿਗਰਾ ਉਹਨਾਂ ਸਿੰਘਾਂ ਦਾ ਜਿਹੜੇ ਅੰਦਰ ਹੈ 20-20 ਸਾਲ ਤੋਂ। ਬਰਫ ਗਿਰੀ ਪਹਾੜ ਤੇ ਛਿੱਕਾਂ ਲੱਗ ਗਈਆਂ ਮਰਗਾਬੀਆਂ ਨੂੰ, ਕਰੋਨਾ ਖੋਜ ਹੈ ਚੀਨ ਦੀ, ਬਦਨਾਮ ਨਾ ਕਰੋ ਪੰਜਾਬੀਆਂ ਨੂੰ। ਪੂਰਾ ਤੰਤਰ ਥੱਕ ਗਿਆ ਪਰ ਪੁੱਤ ਪੰਜਾਬੀ ਢਏ ਨਹੀਂ, ਕੇਰਲਾ ਚ ਕਿਵੇਂ ਫੈਲ ਗਿਆ, ਉੱਥੇ ਤਾਂ ਪੰਜਾਬੀ ਗਏ ਹੀ ਨਹੀਂ। ਜੇ NRI ਅੜ ਗਏ ਮਿੱਤਰੋ, ਚੰਗੀ ਭੁਗਤ ਸਵਾਰਨਗੇ, ਏਅਰਪੋਰਟ ਤੇ ਉਤਰਦਿਆਂ ਦੇ ਦੇਖਿਓ ਕੱਪੜੇ ਪਾੜਨਗੇ, ਏਅਰਪੋਰਟ ਤੇ ਕਾਂ ਬੋਲਣਗੇ, ਵਪਾਰੀ ਆਰਤੀ ਤਾਰਨਗੇ, ਆ ਮੁਰਥਲ ਮਰਥਲ ਢਾਬਿਆਂ ਵਾਲੇ ਬਹਿ ਕੇ ਮੱਖੀਆਂ ਮਾਰਨਗੇ। ਜੇ ਪ੍ਰਵਾਸੀ ਸ਼ੋਅ ਨਾ ਕਰਾਉਂਦੇ, ਕਿੱਥੇ ਪਜੈਰੋ ਆਉਣੀ ਸੀ, ਰੱਬ ਵਰਗੇ ਸੱਜਣ ਦੇ ਸ਼ਹਿਰ 'ਚ ਕਿੱਥੇ ਫੇਰੀ ਪਾਉਣੀ ਸੀ, ਕਿੱਥੇ ਲੈਂਟਰ ਜੁੜਨਾ ਸੀ ਤੇ ਕਿਹਨੇ ਟੈਂਕੀ ਪਾਉਣੀ ਸੀ, ਧੁੱਪਾਂ ਦੇ ਵਿੱਚ ਰੰਗ ਵੱਟ ਜਾਂਦਾ ਜੂਨ 'ਚ ਜੀਰੀ ਲਾਉਣੀ ਸੀ। ਮੈਂ ਕੋਈ ਬੰਦਾ ਸਿਆਸੀ ਨਹੀਂ ਤੇ ਕੋਈ ਮੇਰਾ ਨਾਰਾ ਨਹੀਂ, ਪਰ ਸੱਚ ਦੱਸਾਂ ਵਿਦੇਸ਼ਾਂ ਵਾਲਿਓ, ਬੇਈਮਾਨ ਦਾ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ। ਖੁਸ਼ਬੂ ਰੋਕ ਨਹੀਂ ਸਕਦੇ ਕਾਲਖ ਮਲਕੇ ਗੁਲਾਬ ਤੇ, ਵਿਦੇਸ਼ਾਂ 'ਚ ਵੱਸਦੇ ਪੰਜਾਬੀਓ, ਤੁਹਾਡਾ ਪੂਰਾ ਹੱਕ ਹੈ ਪੰਜਾਬ ਤੇ। ਗੱਲ ਕਰੋਨਾ ਤੇ ਨਹੀਂ ਮੁੱਕਣੀ, ਵਾਇਰਸ ਨੇ ਤਾਂ ਹਰ ਸਾਲ ਆਉਣਾ ਹੈ, ਡੰਡ ਬੈਠਕਾ ਮਾਰੋ, ਦੁੱਧ ਪੀਓ ਦੱਬ ਕੇ ਜੇ ਆਪਣਾ ਆਪ ਬਚਾਉਣਾ ਹੈ। ਪੰਜਾਬ ਪੰਜਾਬੀਅਤ ਜ਼ਿੰਦਾਬਾਦ, ਕਰਜ਼ਈ ਹੈ ਹਰ ਸਾਹ ਮੇਰਾ, ਬੇਈਮਾਨ ਕਮਜ਼ਰ ਕਮੀਣਾ, ਬਖਸ਼ਿਓ ਹਰ ਗੁਨਾਹ ਮੇਰਾ। ਸਭ ਕੁਝ ਮਾਂ ਪੰਜਾਬੀ ਦਾ, ਜੋ ਮਰਜ਼ੀ ਸੇਵਾ ਲਾ ਦਿਓ, ਬਾਬੇ ਨਾਨਕ ਦਾ ਉਪਦੇਸ਼ ਪੂਰੀ ਦੁਨੀਆ ਵਿੱਚ ਫੈਲਾ ਦਿਓ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।